कई लोग हुण कह दिंदे आ कि जिहड़े निहंग सिंह आ गुरु दीआं लाड़लीआं फौजां पट्ठे वढ लैंदे आ इह कणक वढ दिंदे आ उहदे बारे बाबा जी थोड़ा जिहा चानना पायो जे कि संगतां दा प्यार हुंदा वी संगतां प्यार करदीआं के ये जिहड़े लोग मतलब के जिहड़े गल कहिंदे आ उहनां नूं थोड़ा जिहा करी माड़ा जवाब बाबा जी जरूर दिओ। बाबा जी ये जेड़ा लोग गल्ला करदे ना किसी दे पट्ठे वढ ले जां किसी दी चीज चक ली, हां जी तुसी साडे नाल चलो साडे किसे मर्जी सिंह नूं ले जाओ किसे मर्जी पिंड च वाजो जे कोई बंदा होए भी कहजे असीं देनदार आ एवें बोली जाना किसे दे पट्ठे वढ ले कोई जेड़ा बंदे ये गल कहंदे ना पट्ठे वढ ले ਕਿਹੜਾ ਪੱਠੇ ਵੱਟ ਲੈ ਕਿਹੜੇ ਕਿਹਦੇ ਜਦ ਅਗਲਾ ਹੱਥ ਜੋੜ ਕੇ ਪੱਠੇ ਵਟਾਉਂਦਾ ਸਹੀ ਗੱਲ ਸੇਵਾ ਦੇ ਵਿੱਚ ਦਿੰਦਾ ਹਾਂ ਤੁਸੀਂ ਮੀਡੀਆ ਵਾਲੇ ਚੱਕ ਕੇ ਪਾ ਦਿੰਦੇ ਹੋ ਮੁੜ ਕੇ ਜਦੋਂ ਤੁਹਾਨੂੰ ਗੱਲ ਪੁੱਛਦਾ ਤੁਹਾਨੂੰ ਗੱਲ ਨਹੀਂ ਆਉਂਦੀ ਤੇ ਸਾਰਾ ਦਿਨ ਇਹ ਗੱਲਾਂ ਠੀਕ ਨੇ ਤੁਹਾਡੇ ਵਾਸਤੇ ਬਿਲਕੁਲ ਤੁਹਾਡਾ ਅੱਜ ਜੇ ਮੀਡੀਆ ਦਾ ਯੁੱਗ ਆ ਗਿਆ ਪ੍ਰਮਾਤਮਾ ਨੇ ਯੁੱਗ ਦੇ ਤਾਂ ਤੁਸੀਂ ਬੇਇੱਜ਼ਤੀ ਤੇ ਹਰੇਕ ਦੀ ਬੇਇੱਜ਼ਤੀ ਸਹੀ ਗੱਲ ਹੈ ਹਰੇਕ ਦੇ ਕਮ ਸੇ ਕਮ ਇਹ ਨਿਗਾਹ ਮਾਰੋ ਪਿੱਛੇ ਪਹਿਲਾਂ ਵੀ ਆਈ ਸੀ ਤੇ ਹੁਣ ਵੀ ਆਈ ਹੈ ਸਹੀ ਗੱਲ ਹੈ ਇਹ ਐਂ ਹੀ ਰਹੂਗਾ ਕਿਸੇ ਦਾ ਬੰਨਿਆ ਨਹੀਂ ਹੋਇਆ ਵੀ ਕਿਸੇ ਜੇ ਕੋਈ ਬੰਦਾ ਸੋਹਾਂ ਕਹੇ ਧੱਕੇ ਨਾਲ ਕੌਣ ਕਿਸੇ ਨੂੰ ਕਰਦਾ ਕੋਈ ਧੱਕੇ ਨਾਲ ਕਿਸੇ ਦੇ ਪੱਠੇ ਨਹੀਂ ਵਾਦਾ ਸਹੀ ਗੱਲ ਹੈ ਸਾਡੇ ਨਾਲ ਜਾ ਕੇ ਤਾਂ ਦੇਖੋ ਕੋਈ ਮਹਾਰਾਜ ਅਗਲਾ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਸਾਡੇ ਘਰੋਂ ਲੈ ਕੇ ਜਾਓ ਸਹੀ ਗੱਲ ਆ ਅਗਲਾ ਸੇਵਾ ਕਰਦਾ ਜੀ ਤੁਸੀਂ ਇਕੱਲੇ ਮੀਡੀਆ ਦੇ ਉੱਤੇ ਬਹਿ ਕੇ ਬੋਲ ਦਿੰਦੇ ਹੋ ਕਿ ਸਾਨੂੰ ਤਾਂ ਕੋਈ ਦਿਖਿਆ ਨਹੀਂ ਸਹੀ ਗੱਲ ਤੈਨੂੰ ਦਿਸਿਆ ਤਾਂ ਦੱਸ ਨਹੀਂ ਕਦੇ ਨਹੀਂ ਬਾਬਾ ਜੀ ਨਹੀਂ 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 ਕੋ ਭਾਈ ਬਾਬਾ ਜੀ ਸਾਨੂੰ ਦਿਸਿਆ ਕਦੇ ਕਿਸੇ ਨੂੰ ਐਵੇਂ ਚੱਕ ਕੇ ਬੋਲ ਦੇਣਗੇ ਮੀਡੀਆ ਦਾ ਨਾ ਪਤਾ ਲੱਗੇ ਬਾਅਦ ਪਹਿਲਾਂ ਮੀਡੀਆ ਜੋਗ ਨਹੀਂ ਸਹੀ ਗੱਲ ਹੈ ਜੀ ਸੰਗਤ ਜੀ ਇਹ ਜਿਹੜਾ ਅੱਜ ਮੀਡੀਆ ਦਾ ਯੁੱਗ ਚੱਲ ਪਿਆ ਐਵੇਂ ਘਰੇ ਬੈਠਾ ਹੀ ਅਗਲਾ ਰਜਾਈ ਚ ਬੈਠਾ ਬੋਲੀ ਜਾਂਦਾ ਇਹਨਾਂ ਸਿੰਘਾਂ ਦੇ ਨਾਲ ਰਹਿ ਕੇ ਵੇਖੋ ਠੀਕ ਆ ਨਾ ਕੋਈ ਦੋ ਦਿਨ ਫਿਰ ਪਤਾ ਲੱਗਦਾ ਵੀ ਇਹਨਾਂ ਤੇ ਗੁਰੂ ਦੀ ਕਿੰਨੀ ਕਿਰਪਾ ਤੇ ਕਿੰਨੀ ਇਹ ਜਿਵੇਂ ਸਾਡੇ ਪਹਿਲਾਂ ਸਿੰਘ ਰਹਿੰਦੇ ਸੀਗੇ ਘੋੜਿਆਂ ਦੀਆਂ ਕਾਠੀਆਂ ਤੇ ਉੱਤੇ ਸੌਂ ਜਾਂਦੇ ਸੀਗੇ ਹਨਾ ਹਾਂ ਬੜੀਆਂ ਅਖਿਆਈਆਂ ਦੇ ਵਿੱਚੋਂ ਪਹਿਲਾਂ ਵੀ ਸਾਡੇ ਸਿੰਘ ਨਿਕਲੇ ਆ ਤੇ ਹੁਣ ਵੀ ਉਵੇਂ ਹੀ ਉਹ ਰਵਾਇਤ ਚੱਲ ਰਹੀ ਆ ਬਾਬਾ ਜੀ ਮਾੜਾ ਜਿਹਾ ਦੱਸਿਓ ਜੇ ਵੀ ਇਹ ਜਿਹੜਾ ਤੁਸੀਂ ਰਹਿੰਦੇ ਹੋ ਜਿਵੇਂ ਹੁਣ ਮੰਨ ਲਓ ਵੀ ਤੁਸੀਂ ਇੱਥੇ ਪੜਾਅ ਲਾਇਆ ਹਨਾ ਜੀ ਹੁਣ ਇੱਥੇ ਤੁਸੀਂ ਰਹੋਗੇ ਹਫ਼ਤਾ ਫੇਰ ਅੱਗੇ ਪੜਾਅ ਹਾਂਜੀ ਇਵੇਂ ਤੁਸੀਂ ਜਾਂਦੇ ਹੋ ਤੇ ਇਹ ਮਾੜਾ ਜਿਹਾ ਸੰਗਤਾਂ ਨੂੰ ਦੱਸੋ ਵੀ ਕਿੰਨਾ ਕੁ ਰਹਿਣਾ ਔਖਾ ਜਾਂ ਸੌਖਾ ਇਹ ਤਾਂ ਹੁਣ ਆਏ ਤਾਂ ਅਸੀਂ ਦੱਸ ਨਹੀਂ ਸਕਦੇ ਵੀ ਕਿੰਨਾ ਕੁ ਰਹਿਣਾ ਔਖਾ ਫੋਨ ਤੇ ਸੁਣ ਹੀ ਲੈਣਾ ਇਹਨਾਂ ਨੂੰ ਨਾਲ ਸਾਡੇ ਰਹਿਣ ਫਿਰ ਆਪੇ ਇਹਨਾਂ ਨੂੰ ਪਤਾ ਲੱਗ ਜਾਣਾ ਆਪਦੇ ਆਪ ਪਰਿਵਾਰਾਂ ਵਿੱਚੋਂ ਜੇ ਦੋ ਭਜੰਗੀ ਨੇ ਤਾਂ ਇੱਕ ਭਜੰਗੀ ਪੰਥ ਨੂੰ ਦਿਓ ਸਹੀ ਗੱਲ ਹੈ ਫਿਰ ਨਹੀਂ ਦੱਸਣ ਦੀ ਲੋੜ ਫੋਨ ਤੇ ਨਹੀਂ ਦੱਸਣਾ ਨਾਲ ਰਹੋ ਵਿਚਰ ਕੇ ਦੇਖੋ ਹਾਂ ਵਿਚਰ ਕੇ ਵੇਖੋ ਗੁਰਮਤ ਵਿੱਦਿਆ ਵੱਡੀ ਵਿੱਦਿਆ ਹੈ ਇਹ ਵਿੱਦਿਆ ਸਿੱਖਣੀ ਸਾਰੀ ਬੜੀ ਔਖੀ ਹੈ ਤੇ ਘਰਾਂ ਦੇ ਵਿੱਚ ਆਪਦੇ ਪੁੱਤਾਂ ਨੂੰ ਅਸੀਂ ਪੜਾ ਪੜਾ ਬਾਹਰ ਭੇਜੀ ਜਾਂਦੇ ਆ ਪੰਜਾਬ ਕਿੱਥੇ ਆ ਸਹੀ ਗੱਲ ਹੈ ਪੰਜਾਬ ਅਸੀਂ ਰਾਜ ਭਈਆਂ ਦਾ ਮੁੰਡਿਆ ਭਈਏ ਇਹਨਾਂ ਨੂੰ ਕੁੱਟੀ ਜਾਂਦੇ ਫੜ ਕੇ ਤੇ ਤੁਸੀਂ ਜਵਾਕ ਬਾਹਰ ਭੇਜੀ ਜਾਓ ਜਿਹੜਾ ਖਾਲਸਾ ਪੰਥੋਂ ਚੜ੍ਹਦੀ ਕਲਾ ਚ ਸੀ ਤੇ ਚੜ੍ਹਦੀ ਕਲਾ ਚ ਰਹੇਗਾ ਜਿਹੜੇ ਮੰਨ ਕੇ ਵੀ ਥੋੜੇ ਬਹੁਤ ਕੱਚੇ ਪਿੱਲੇ ਜਿਹੜੇ ਖਰਾਬ ਸ਼ਰਾਰਤੀ ਆ ਜਿਹੜੇ ਬੰਦੇ ਉਹਨਾਂ ਦੀ ਨੀ ਪਰਵਾਹ ਕਰਦਾ ਖਾਲਸਾ ਉਹਨਾਂ ਦੇ ਸੋਧਾ ਵੀ ਲਾਈਦਾ ਵਾ ਤੇ ਉਹਨਾਂ ਤੋਂ ਆਪ ਸੰਗਤ ਵੀ ਤੁਸੀਂ ਸੁਚੇਤ ਰਿਹਾ ਕਰੋ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਅਸਲ ਨਕਲ ਦਾ।